5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ 42750 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀ ਪੱਥਰ ਰੱਖਣਾ ਸੀ ਪਰ ਸੁਰੱਖਿਆ ਵਿੱਚ ਸਨ ਕਾਰਨ ਪੀਐਮ ਨੂੰ ਆਪਣੇ ਰੁਝੇ ਮਿਆਂ ਨੂੰ ਰੱਦ ਕਰਕੇ ਦਿੱਲੀ ਪਰਤਣਾ ਪਿਆ ਸੀ ਹੁਣ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੱਕ ਅਦਰਸ਼ ਚੋਣ ਜ਼ਾਬਤਾ ਲਾਗੂ ਹੋਣ ਅਤੇ ਸੁਰੱਖਿਆ ਦੀ ਉਲੰਘਣਾ ਨੂੰ ਲੈ ਕੇ ਕੇਂਦਰ ਤੇ ਰਾ ਸਰਕਾਰ ਵਿਚਕਾਰ ਵਿਵਾਦ ਦੇ ਚੱਲਦੇ ਇਨ੍ਹਾਂ ਪ੍ਰੋਜੈਕਟਾਂ ਦੀ ਕਿਸਮਤ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਐਲਾਨ ਕੀਤੇ ਗਏ ਸਨ ਅਤੇ ਹੁਣ ਅਟਕ ਚੁਕੇ ਨੇ ਜਿੱਥੇ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਵਿਖੇ 490 ਕਰੋੜ ਰੁਪਏ ਦੀ ਲਾਗਤ ਵਾਲੇ ਪੀਜੀਆਈ ਸੈਟਲਾਈਟ ਸੈਂਟਰ ਦਾ ਨੀ ਪੱਥਰ ਰੱਖਣਾ ਸੀ ਉਥੇ ਬਾਕੀ ਪ੍ਰੋਜੈਕਟਾਂ ਦਾ ਉਦਘਾਟਨ ਫਿਰੋਜ਼ਪੁਰ ਤੋਂ ਹੀ ਕੀਤਾ ਜਾਣਾ ਸੀ ਇੰਡੀਅਨ ਐਕਸਪ੍ਰੈਸ ਚ छਪੀ ਖਬਰ ਮੁਤਾਬਕ ਪ੍ਰੋਜੈਕਟਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਸਾਰੇ ਜਾਂ ਤਾਂ ਟੈਂਡਰ ਅਲਾਟਮੈਂਟ ਜਾਂ ਜ਼ਮੀਨ ਪ੍ਰਾਪਤੀ ਦੇ ਪੜਾਵਿਚ ਸਨ ਹਾਲਾਂਕਿ ਸਿਵਲ ਕੰਮ ਅਜੇ ਸ਼ੁਰੂ ਹੋਣੇ ਬਾਕੀ ਸਨ ਜਦੋਂ ਕਿ ਪੀਜੀਆਈ ਸੈਟਲਾਈਟ ਸੈਂਟਰ ਅਤੇ ਦੋ ਆਗਾਮੀ ਮੈਡੀਕਲ ਕਾਲਜ ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਕੇਂਦਰ ਤੇ ਰਾ ਸਰਕਾਰ ਦੁਆਰਾ 60 ਅਨੁਪਾਤ 40 ਦੇ ਵਿੱਚ ਫੰਡ ਕਿਤੇ ਜਾਣੇ ਸਨ ਬਾਕੀ ਪ੍ਰੋਜੈਕਟਾਂ ਲਈ ਕੇਂਦਰੀ ਕਿਤੇਗੇ ਨੇ ਇਨਾ ਪ੍ਰੋਜੈਕਟ ਵਿੱਚ ਸਭ ਤੋਂ ਵੱਡਾ 39500 ਕਰੋੜ ਰੁਪਏ ਦਾ 669 ਕਿਲੋਮੀਟਰ ਲੰਬਾ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਵੀ ਹੈ ਇਸ ਐਕਸਪ੍ਰੈਸ ਵੇ ਦਾ ਸਭ ਤੋਂ ਲੰਬਾ ਹਿੱਸਾ ਇਸ ਦਾ ਲਗਭਗ 400 ਕਿਲੋਮੀਟਰ ਪੰਜਾਬ ਵਿੱਚੋਂ ਲੰਘੇਗਾ ਹਾਈਵੇ ਇੱਕ ਵਾਰ ਤਿਆਰ ਹੋ ਜਾਣ ਤੋਂ ਬਾਅਦ ਅਮ੍ਰਿਤਸਰ ਅਤੇ ਦਿੱਲੀ ਵਿਚਕਾਰ ਸਫ਼ਰ ਦਾ ਸਮਾਂ ਮੌਜੂਦਾ 8 ਘੰਟਿਆਂ ਤੋਂ ਘਟਾ ਕੇ 6.5 ਘੰਟੇ ਕਰਨ ਦੀ ਉਮੀਦ ਹੈ ਜੋ ਵੰਦੇ ਭਾਰਤ ਟ੍ਰੇਨ ਨੂੰ ਲੱਗਦਾ ਫਿਰੋਜ਼ਪੁਰ ਵਿੱਚ ਪੀਜੀਆਈ ਸੈਟਲਾਈਟ ਸੈਂਟਰ ਇੱਕ 100 ਵਿਸਤ੍ਰੇ ਵਾਲਾ ਹਸਪਤਾਲ ਜਿਸ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਪੀਐਮ ਸ਼ਾਮਲ ਹੋਣ ਵਾਲੇ ਸਨ ਇਸ ਦਾ ਐਲਾਨ ਯੂਪੀ ਸਰਕਾਰ ਦੁਆਰਾ ਸਾਲ 2013 ਵਿੱਚ ਕੀਤਾ ਗਿਆ ਸੀ ਲੋਕ ਸਭਾ ਚੋਣਾਂ ਤੋਂ 1 ਸਾਲ ਪਹਿਲਾਂ ਕੇਂਦਰ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਇਆ ਸੀ 45 ਏਕੜ ਦੇ ਇਸ ਪ੍ਰੋਜੈਕਟ ਲਈ 490 ਕਰੋੜ ਰੁਪਏ ਦੀ ਪ੍ਰਵਾਨਗੀ ਲਾਗਤ ਵਾਲੇ ਜ਼ਮੀਨ ਗ੍ਰਹਿਣ ਅਤੇ ਹੋਰ ਰਸਮੀ ਕਾਰਵਾਈਆਂ ਨੂੰ ਪੂਰਾ ਕਰਨੀ ਲਗਭਗ 8 ਸਾਲ ਲੱਗ ਗਏ ਨੇ ਪਿਛਲੇ ਸਾਲ ਇੱਕ ਚਾਰਦੀਵਾਰੀ ਬਣੀ ਸੀ ਪ੍ਰਧਾਨ ਮੰਤਰੀ ਨੇ ਦੋ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਵੀ ਰੱਖਣਾ ਸੀ ਇੱਕ ਹੁਸ਼ਿਆਰਪੁਰ ਅਤੇ ਦੂਸਰਾ ਕਪੂਰਥਲਾ ਵਿੱਚ ਦੋਵੇਂ 100 ਸੀਟਾਂ ਅਤੇ 325 ਕਰੋੜ ਰੁਪਏ ਦੀ ਲਾਗਤ ਵਾਲੇ ਸਨ ਪੰਜਾਬ ਦੇ ਡਿਪਟੀ ਸੀਐਮ ਓਪੀ ਸੋਨੀ ਜਿਨ੍ਹਾਂ ਕੋਲ ਸਿਹਤ ਵਿਭਾਗ ਵੀ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰੋਜੈਕਟਾਂ ਲਈ ਨੀ ਪੱਥਰ ਰੱਖਣ ਵਾਲੇ ਸਨ ਹਾਂ ਇੱਕ ਕੇਂਦਰ ਸਰਕਾਰ ਦੁਆਰਾ ਪਹਿਲਾਂ ਹੀ ਐਲਾਨ ਕੀਤੇ ਜਾ ਚੁੱਕੇ ਨੇ ਅਤੇ ਇਹ ਬਿਲਕੁਲ ਨਵੇਂ ਨਹੀਂ ਹੈ ਹਾਲਾਂਕਿ ਅਜੇ ਤੱਕ ਸਾਨੂੰ ਇਨ੍ਹਾਂ ਪ੍ਰੋਜੈਕਟਾਂ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਇਸ ਤੋਂ ਇਲਾਵਾ ਪੰਜਾਬ ਵਿੱਚ ਇਸ ਸਮੇਂ ਚੋਣ ਜਾਬਤਾ ਲਾਗੂ ਹੈ ਅਤੇ ਜੋ ਵੀ ਹੋਣਾ ਹੈ ਉਹ ਚੋਣਾਂ ਤੋਂ ਬਾਅਦ ਹੋਵੇਗਾ ਮੈਂ ਟੈਲੀਵਿਜ਼ਨ ਤੇ ਦੇਖਿਆ ਉਸ ਤੋਂ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਮੁਲਤਵੀ ਕੀਤੇ ਗਏ ਨੇ ਰੱਦ ਨਹੀਂ ਹੋਏ ਇਸ ਗੱਲ ਦਾ ਖੁਲਾਸਾ ਕੇਂਦਰੀ ਸਿਹਤ ਮੰਤਰੀ ਨੇ ਉਸੇ ਦਿਨ ਹੀ ਟੈਲੀਵਿਜ਼ਨ ਚੈਨਲ ਰਾਹੀਂ ਕੀਤਾ ਸੀ ਦੇਖਦਿਆਂ ਕਿ ਪ੍ਰਧਾਨ ਮੰਤਰੀ ਕਦੋਂ ਆਉਂਦੇ ਨੇ ਭਾਜਪਾ ਦੀ ਪੰਜਾਬ ਇਕਾਈ ਦੇ ਮੁਖ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਇਹ ਸੱਚ ਹੈ ਕਿ ਪ੍ਰੋਜੈਕਟਾਂ ਦਾ ਐਲਾਨ ਇੱਕ ਜਾਂ ਦੂਜੇ ਤੇ ਕੀਤਾ ਗਿਆ ਪਰ ਜੇਕਰ ਨੀ ਪੱਥਰ ਰੱਖਣ ਦੀ ਰਸਮ ਹੁੰਦੀ ਤਾਂ ਚੌਣ ਜ਼ਾਬਤੇ ਦੀ ਪ੍ਰਵਾਹ ਕੀਤੇ ਬਿਨਾ ਸਿਵਲ ਵਰਕ ਸ਼ੁਰੂ ਹੋ ਜਾਣਾ ਸੀ ਇਸ ਨਾਲ ਪੰਜਾਬ ਵਿੱਚ ਰੁਜ਼ਗਾਰ ਪੈਦਾ ਹੁੰਦਾ ਅਤੇ ਆਰਥਿਕ ਗਤੀਵਿਧੀਆਂ ਵਿੱਚ ਵਾਧਾ ਹੁੰਦਾ ਪਰ ਕਾਂਗਰਸ ਦੀ ਘਟੀਆ ਰਾਜਨੀਤੀ ਕਾਰਨ ਪੰਜਾਬ ਦੇ ਲੋਕ ਪ੍ਰੋਜੈਕਟਾਂ ਦੇ ਲਾਭ ਤੋਂ ਵਾਂਝੇ ਰਹਿ ਗਏ ਨੇ ਪ੍ਰੋਜੈਕਟਾਂ ਵਿੱਚ ਦੇਰੀ ਹੋਈ ਹੈ ਪਰ ਇਹ ਯਕੀਨੀ ਤੌਰ ਤੇ ਪੂਰੇ ਕਿਤੇ ਜਾਣਗੇ ਕਿਉਂਕਿ ਪ੍ਰਧਾਨ ਮੰਤਰੀ ਪੰਜਾਬ ਦੇ ਵਿਕਾਸ ਲਈ ਵਚਨਬੱਧ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ